ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇੱਕ ਕਿਤਾਬ ਪਬਲਿਸ਼ ਕੀਤੀ ਆ ਰਾਈਟਰ ਉਹਦਾ ਵੀ ਕੋਈ ਉਹਦਾ ਰਾਈਟਰ ਕੋਈ ਨਹੀਂ ਪਬਲਿਸ਼ ਸ੍ਰੋਮਣੀ ਕਮੇਟੀ ਕਰਦੀ ਆ ਉਹਦੇ ਵਿੱਚ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਨੌਕਰਾਂ ਨੇ ਦੇ ਪੇਟੋਂ ਬੱਚੇ ਜਮਨ ਵਾਲੇ ਅਤੇ ਆਤਮ ਹੱਤਿਆ ਕਰਨ ਵਾਲੇ 10 ਕੇ ਤੇ ਉਹ ਕਿਤਾਬ ਜਿਹੜੀ ਲਿਖੀ ਗਈ ਆ ਪਰ ਜਹੇਦਾਰ ਅਕਾਲ ਤਖਤ ਕਿੱਥੇ ਨੇ ਇਸ ਟਾਈਮ ਤੇ ਮੈਂ ਅਕਾਲ ਤਖਤ ਨੂੰ ਸਮਰਪਿਤ ਆ ਪਰ ਜਿਹੜੇ ਅੱਜ ਅਕਾਲ ਤਖਤ ਤੇ ਲੋਕ ਬੈਠੇ ਨੇ ਉਹ ਅਕਾਲ ਤਖਤ ਨੂੰ ਸਮਰਪਿਤ ਨਹੀਂ ਹੈਂਜ਼ ਪੰਜਾਬੀ ਨਿਊਜ਼ ਸੇ ਤੁਹਾਡਾ ਸਵਾਗਤ ਹੈ ਮੈਂ ਹਾਂ ਹਰ ਸਿਮਰਨ ਕੌਰ ਇਹ ਕਿਹਾ ਜਾਂਦਾ ਹੈ ਜੇ ਕਿਸੇ ਕੌਮ ਨੂੰ ਮਿਟਾਉਣਾ ਹੋਵੇ ਤਾਂ ਉਸ ਦਾ ਇਤਿਹਾਸ ਮਿਟਾ ਦਿਵੋ ਕੌਮ ਆਪਣੇ ਆਪ ਖਤਮ ਹੋ ਜਾਏਗੀ ਅੱਜ ਹੀ ਕੁਝ ਨੁਕਤੇ ਜਿਹੜੇ ਨੇ ਅੱਜ ਉਹ ਬਲਦੇਵ ਸਿੰਘ ਸਿਰਸਾ ਹੋਂਾਂ ਵੱਲੋਂ ਉਭਾਰੇ ਗਏ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਕਿ ਕਿਹੜੇ-ਕਿਹੜੇ ਨੁਕਤੇ ਉਹਨਾਂ ਵੱਲੋਂ ਇਸ ਪ੍ਰੈਸ ਕਾਨਫਰੰਸ ਵਿੱਚ ਉਭਾਰੇ ਗਏ ਨੇ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਤੁਹਾਡਾ ਸਵਾਗਤ ਧੰਨਵਾਦ ਹੂ ਜੀ ਅੱਜ ਥੋੜੀ ਜਿਹੜੀ ਪ੍ਰੈਸ ਕਾਨਫਰੰਸ ਸੀ ਉਹ ਕਿਹੜੇ ਮਸਲੇ ਤੇ ਸੀ ਤੇ ਤੁਹਾਡੇ ਵੱਲੋਂ ਕਿਹੜੇ-ਕਿਹੜੇ ਨੁਕਤੇ ਜਿਹੜੇ ਨੇ ਅੱਜ ਇਸ ਦੌਰਾਨ ਉਭਾਰੇ ਗਏ ਨੇ ਮੇਬਾ ਜੀ ਅੱਜ ਮੈਂ ਦੋ ਮੁੱਦਿਆਂ ਤੇ ਪ੍ਰੈਸ ਕਾਨਫਰੰਸ ਕੀਤੀ ਆ ਸਭ ਤੋਂ ਪਹਿਲਾਂ ਤੇ ਇਹ ਆ ਕਿ ਸਾਡੇ ਇਤਿਹਾਸ ਨੂੰ ਜਿਹੜਾ ਹੈ ਉਹ ਬਹੁਤ ਗਲਤ ਧੰਗ ਦੇ ਨਾਲ ਲਿਖ ਕੇ ਤੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਜਿਹੜੀ ਆ ਕਿਤਾਬ ਹੈ ਤੁਹਾਡੇ ਸਾਹਮਣੇ ਇਹ ਹਿਸਟਰੀ ਆਫ ਪੰਜਾਬ ਇਹਦਾ ਜਿਹੜਾ ਰਾਈਟਰ ਹੈ ਉਹ ਪ੍ਰੋਫੈਸਰ ਮਨਜੀਤ ਸਿੰਘ ਹੈ ਔਰ ਇਹ ਕਿਤਾਬ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 212008 ਨੂੰ ਰეკਮੈਂਡ ਕਰਕੇ ਤੇ ਇਹ ਸਕੂਲ ਪਬਲਿਸ਼ ਹੋਣ ਤੋਂ ਬਾਅਦ ਸਕੂਲਾਂ ਚ ਪੜਾਈ ਗਈ ਆ ਔਰ ਅੱਜ ਵੀ ਇਹ ਕਿਤਾਬ ਮੈਂ ਕਹਾਂਗਾ ਕਿ ਪੜਾਈ ਜਾ ਰਹੀ ਹੈ ਔਰ ਇਸ ਕਿਤਾਬ ਦੇ ਵਿੱਚ ਜਿਹੜਾ ਉਹ ਬਹੁਤ ਗਲਤ ਲਿਖਿਆ ਹੈ ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਲਿਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਈ ਨਵੀਂ ਸੰਸਥਾ ਨਹੀਂ ਚਲਾਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸੇ ਵੀ Hindu ਰੀਤੀ ਰਿਵਾਜ ਦਾ ਵਿਰੋਧ ਨਹੀਂ ਕੀਤਾ ਇਸ ਤਰ੍ਹਾਂ ਹੋਰ ਬਹੁਤ ਕੁਝ ਲਿਖਿਆ ਅੱਗੇ ਜਾ ਕੇ ਲਿਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਲੀਚ ਵਿੱਚ ਬੰਦ ਕੀਤਾ ਗਿਆ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਗਵਾਲੀਅਰ ਦੇ ਕਿਲੇ ਦੇ ਚੌਂ ਦਰਵਾਜਿਆਂ 'ਤੇ ਟੰਗੇ ਗਏ। ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲਿਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਮਜ਼ਲੂਮਾਂ ਦਾ ਖੂਨ ਚੂਸਣ ਵਾਲਾ ਤੇ ਔਰਤਾਂ ਦੀਆਂ ਇੱਜ਼ਤਾਂ ਲੁੱਟਣ ਵਾਲਾ ਇੱਕ ਰਾਖਸ਼ ਸੀ। ਸੋ ਇਸ ਤਰ੍ਹਾਂ ਦਾ ਬਹੁਤ ਗਲਤ ਇਹਦੇ ਵਿੱਚ ਜਿਹੜਾ ਲਿਖਿਆ ਔਰ ਇਹ ਬੱਚਾ ਨੂੰ ਜਿਹੜਾ ਇਹ ਪੜ੍ਹਾ ਗਿਆ ਇਹਦੇ ਸਬੰਧ ਵਿੱਚ ਮੈਂ ਅੱਜ ਤੁਹਾਡੇ ਨਾਲ ਪ੍ਰੈਸ ਮੀਟਿੰਗ ਦੇ ਵਿੱਚ ਸਾਰੇ ਸਬੂਤ ਜਿਹੜੇ ਪੇਸ਼ ਕੀਤੇ ਨੇ। ਜੀ 2018 ਤੋਂ ਲੈ ਕੇ ਹੁਣ 2022 ਆ ਗਿਆ ਤੁਸੀਂ ਲਗਾਤਾਰ ਇਹ ਮੁੱਦੇ ਜਿਹੜੇ ਨੇ ਉਹ ਉਠਾ ਰਹੇ ਹੋ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਮਸਲੇ ਜਿਹੜੇ ਨੇ ਉਹ बार-बार ਕਿਉਂ ਸਾਹਮਣੇ ਆਉਂਦੇ ਨੇ ਤੇ ਇਹਨਾਂ ਦੇ ਪਿੱਛੇ ਕੌਣ ਹੈ ਜੀ ਇਹ ਬਹੁਤ ਵੱਡਾ ਸਵਾਲ ਹੈ ਕਿ ਇਹ 2008 ਤੋਂ ਲੈ ਕੇ 17 ਤੱਕ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਮੈਂ 2017 ਤੋਂ ਇਸ ਕਿਤਾਬ ਦੇ ਖਿਲਾਫ ਜਿਹੜਾ ਹੈ ਉਹ ਐਪਲੀਕੇਸ਼ਨਾਂ ਦੇ ਰਿਹਾ ਆਕੀ ਦੇ ਵਿੱਚ ਜਾਣਕਾਰੀਆਂ ਮੰਗ ਰਿਹਾ ਤੇ ਪੜਤਾਲਾਂ ਹੋ ਰਹੀਆਂ ਨੇ لیکن આજ ਤੱਕ ਇਹ ਕਿਤਾਬ ਜਿਹੜੀ ਆ ਇਹ ਤੇ ਰੋਕ ਨਹੀਂ ਲੱਗੀ ਨਾ ਉਹਨਾਂ ਦੇ ਖਿਲਾਫ ਕਿਸੇ ਰਾਈਟਰ ਦੇ ਖਿਲਾਫ ਕੋਈ ਪਰਚਾ ਹੋਇਆ ਤੇ ਨਾ ਜਿਹਨੀਆਂ ਸਮੀਖਿਆ ਕਮੇਟੀਆਂ ਸੀ ਉਹਨਾਂ ਤੇ ਤੇ ਨਾ ਹੀ ਉਸ ਟਾਈਮ ਤੇ ਜਿਹੜੀ ਸਰਕਾਰ ਸੀ ਜਿਹੜਾ ਸਿੱਖਿਆ ਮੰਤਰੀ ਸੀ ਜਿਹੜਾ ਕਿ ਸਭ ਤੋਂ ਜਿਹੜਾ ਮੁੱਖ ਜ਼ਿੰਮੇਵਾਰ ਆ ਜਿਹੜਾ ਕਿ ਉਸ ਟਾਈਮ ਤੇ ਸੀ ਡਾਕਟਰ ਦਲਜੀਤ ਸਿੰਘ ਚੀਮਾ ਆ ਜਿਹੜੀ ਮੈਂ ਐਪਲੀਕੇਸ਼ਨ ਦਿੱਤੀ ਆ ਇਹ ਵੀ ਮੈਂ ਅੱਜ ਡੀਜੀਪੀ ਪੰਜਾਬ ਨੂੰ ਬਾਈ ਆਦਮੀਆਂ ਦੇ ਖਿਲਾਫ ਜਿਹੜੀ ਆ ਇਹ ਲਿਖੇ ਦਿੱਤੀ ਆ ਜਿਹਦੇ ਵਿੱਚ ਮੁੱਖ ਦੋਸ਼ੀ ਜਿਹੜਾ ਹੈ ਉਹ ਉਸ ਟਾਈਮ ਦਾ ਜਿਹੜਾ ਸਿੱਖਿਆ ਮੰਤਰੀ ਆ ਡਾਕਟਰ ਦਲਜੀਤ ਸਿੰਘ ਚੀਮਾ ਦੋ ਇਹਦੇ ਵਿੱਚ ਸਾਬਕਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਕਿਤਾਬ ਦਾ ਲੇਖਕ ਹੈ ਅਤੇ ਪਬਲਿਸ਼ਰ ਤੇ ਇਸ ਤੋਂ ਬਗੈਰ 17 ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀ ਨੇ ਜਿਨ੍ਹਾਂ ਦੇ ਖਿਲਾਫ ਮੈਂ ਐਪਲੀਕੇਸ਼ਨ ਜਿਹੜੀ ਆ ਉਹ ਲਿਖ ਕੇ ਦਿੱਤੀ ਆ ਔਰ ਇਹ ਜਿਹੜੀ ਰਿਪੋਰਟ ਜਿਹੜੀ 42 ਰਿਪੋਰਟ ਜਿਹੜੀ ਹੋਈ ਆ ਉਹਨੇ ਇਹਨਾਂ ਦੇ ਸਾਰਿਆਂ ਦੇ ਨਾਂ ਜਿਹੜੇ ਨੇ ਉਹ ਸਾਹਮਣੇ ਲਿਆਂਦੇ ਆ ਜਿਨ੍ਹਾਂ ਦੇ ਖਿਲਾਫ ਮੈਂ ਅੱਜ ਐਪਲੀਕੇਸ਼ਨ ਦਿੱਤੀ ਆ ਇਹਦੇ ਜਿਹੜਾ ਤੁਸੀਂ ਪੁੱਛਿਆ ਵੀ ਇਹਦੇ ਪਿੱਛੇ ਕੌਣ ਆ ਕਿਉਂ ਲਿਖਿਆ ਜਾ ਰਹੀਆਂ ਨੇ ਅਸਲ ਕਹਾਣੀ ਇਹ ਆ ਕਿ ਇਹ ਕਿਤਾਬਾਂ ਜਿਹੜੀਆਂ ਨੇ ਇਹ ਆਰਐਸਐਸ ਜਿਹੜਾ ਸਾਰਾ ਕੰਮ ਕਰਾ ਰਹੀ ਆ ਕਿਉਂਕਿ ਸਿਆਣੇ ਦੀ ਕਹਾਵਤ ਆ ਵੀ ਜੇ ਕਿਸੇ ਕੌਮ ਨੂੰ ਖਤਮ ਕਰਨਾ ਤੇ ਉਹਨਾਂ ਦਾ ਇਤਿਹਾਸ ਹੀ ਜਿਹੜਾ ਖਤਮ ਕਰ ਦੋ ਹੁਣ ਜਿਸ ਤਰ੍ਹਾਂ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਤਾਬ ਪਬਲਿਸ਼ ਕੀਤੀ ਆ ਇਸੇ ਤਰ੍ਹਾਂ ਇੱਕ 1999 ਚ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇੱਕ ਕਿਤਾਬ ਪਬਲਿਸ਼ ਕੀਤੀ ਆ ਰਾਈਟਰ ਉਹਦਾ ਵੀ ਕੋਈ ਉਹਦਾ ਰਾਈਟਰ ਕੋਈ ਨਹੀਂ ਪਬਲਿਸ਼ ਸ਼੍ਰੋਮਣੀ ਕਮੇਟੀ ਕਰਦੀ ਆ ਉਹਦੇ ਵਿੱਚ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਨੌਕਰਾਂ ਦੇ ਪੇਟੋਂ ਬੱਚੇ ਜਮਨ ਵਾਲੇ ਅਤੇ ਆਤਮ ਹੱਤਿਆ ਕਰਨ ਵਾਲੇ 10 ਕੇ ਤੇ ਉਹ ਕਿਤਾਬ ਜਿਹੜੀ ਲਿਖੀ ਗਈ ਆ ਬਹੁਤ ਕੁਛ ਉਸ ਕਿਤਾਬ ਚ ਲਿਖਿਆ ਉਸ ਕਿਤਾਬ ਦੇ ਸਬੰਧ ਚ ਮੈਂ ਕੇਸ ਕੀਤਾ ਸੀ ਲੇਕਿਨ ਗੁਰਦੁਆਰਾ ਜੁਡੀਸ਼ੀਅਲ ਜਿਹੜੀ ਸ਼੍ਰੋਮਣੀ ਕਮੇਟੀ ਆ ਉਹਦੇ ਖਿਲਾਫ ਜੇ ਕੇਸ ਕਰਨਾ ਹੋਵੇ ਤੇ ਗੁਰਦੁਆਰਾ ਜੁਡੀਸ਼ੀਅਲ ਕੋਰਟ ਚ ਜਾਣਾ ਪੈਂਦਾ ਗੁਰਦੁਆਰਾ ਜੁਡੀਸ਼ੀਅਲ ਕੋਰਟ ਚ ਮੈਂ ਕੇਸ ਕੀਤਾ ਲੇਕਿਨ ਗੁਰਦੁਆਰਾ ਜੁਡੀਸ਼ੀਅਲ ਕੋਰਟ ਨੇ 7 ਸਾਲਾਂ ਬਾਅਦ ਜਾ ਕੇ ਮੇਰਾ ਕੇਸ ਜਿਹੜਾ ਸੀ ਉਹ ਖਾਰਜ ਕਰਤਾ ਕਿ ਤੂੰ ਇਹ ਕਿਤਾਬ ਛਪਣ ਤੋਂ 6 ਸਾਲ ਬਾਅਦ ਆਇਆ ਇਸ ਕਰਕੇ ਇਸ ਕਿਤਾਬ ਦੇ ਉੱਤੇ ਕੋਈ ਕੇਸ ਨਹੀਂ ਬਣਦਾ ਕਿਸੇ ਪਬਲਿਸ਼ਰ ਦੇ ਉੱਤੇ ਕੋਈ ਜੁਰਮਾਨੀ ਨਹੀਂ ਬਣਦਾ ਸੂਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨੋਟਿਸ 'ਚ ਇਹ ਗੱਲ ਨਹੀਂ ਲੈਂਦੀ ਜੀ ਮੈਂ ਸਾਰਿਆਂ ਦੇ ਲੈਂਦੀ ਆ ਨੇ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਦੇ ਲੈਂਦੀ ਆ ਉਸ ਵਕਤ ਦਾ ਪ੍ਰਧਾਨ ਸੇਵਤਾਰ ਸਿੰਘ ਮੱਕੜ ਇਹ 16 ਮਾਰਚ 2013 ਨੂੰ ਡੇ ਐਂਡ ਨੈੱਟ ਟੀਵੀ ਚੈਨਲ ਦੇ ਉੱਤੇ ਲਾਈਵ ਪ੍ਰੋਗਰਾਮ ਚੱਲਿਆ ਹੈ ਔਰ ਉਸ ਉਹਨਾਂ ਨੇ ਫਿਰ ਉਸ ਵਕਤ ਦੇ ਪ੍ਰਧਾਨ ਨੂੰ ਲਿਆ ਨਾਲ ਚੈਨਲ ਦੇ ਉੱਤੇ ਉਹਨਾਂ ਨੂੰ ਵੀ ਉਹਦੀ ਬਾਈਟ ਲਈਆ ਉਹਦੇ ਵਿੱਚ ਜਦੋਂ ਉਹਨੂੰ ਉਹਦੇ ਨਾਲ ਗੱਲਬਾਤ ਕੀਤੀ ਆ ਉਹ ਕੀ ਕਹਿ ਰਿਹਾ ਅਕਾਲ ਤਖਤ ਦੇ ਜਥੇਦਾਰਾਂ ਨੂੰ ਮੈਂ ਕਿੰਨਿਆਂ ਨੂੰ ਮਿਲ ਚੱਕਾ ਪਹਿਲੇ ਨੂੰ ਹੀ ਮਿਲਿਆ ਆ ਹੁਣ ਵਾਲੇ ਨੂੰ ਮਿਲਿਆ ਇਸ ਤੋਂ ਪਹਿਲਾਂ ਨੂੰ ਵੀ ਮਿਲ ਚੁੱਕਿਆ ਪਰ ਜਥੇਦਾਰ ਅਕਾਲ ਤਖਤ ਕਿੱਥੇ ਨੇ ਇਸ ਟਾਈਮ ਤੇ ਮੈਂ ਅਕਾਲ ਤਖਤ ਨੂੰ ਸਮਰਪਿਤ ਆ ਪਰ ਜਿਹੜੇ ਅੱਜ ਅਕਾਲ ਤਖਤ ਤੇ ਲੋਕ ਬੈਠੇ ਨੇ ਉਹ ਅਕਾਲ ਤਖਤ ਨੂੰ ਸਮਰਪਿਤ ਨਹੀਂ ਉਹ ਬਾਦਲਾਂ ਦੇ ਝੋਲੀ ਚੁੱਕ ਹੁਣ ਤੁਸੀਂ ਸਰਕਾਰ ਤੋਂ ਜਾਂ ਪੰਥਕ ਜਥੇਬੰਦੀਆਂ ਤੋਂ ਕੀ ਮੰਗ ਕਰਦੇ ਹੋ ਦੇਖੋ ਜੀ ਸਭ ਤੋਂ ਪਹਿਲੀ ਗੱਲ ਤੇ ਇਹ ਆ ਮੈਂ ਅੱਜ ਡੀਜੀਪੀ ਸਾਹਿਬ ਤੋਂ ਐਪਲੀਕੇਸ਼ਨ ਦੇ ਕੇ ਮੰਗ ਕੀਤੀ ਆ ਕਿ ਇਹਨਾਂ 18 ਬਾਈਆਂ ਬੱਚਿਆਂ ਦੇ ਖਿਲਾਫ ਪੁਲਿਸ ਪਰਚਾ ਦਰਜ ਹੋਵੇ ਇਹਨਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਜਾਵੇ ਆਉਣ ਵਾਲੇ ਸਮੇਂ ਚ ਇਸ ਤਰ੍ਹਾਂ ਦੀ ਕੋਈ ਕਿਤਾਬ ਹੋਰ ਨਾ ਲਿਖੇ ਤੇ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਨਾਲ ਜਿਹੜਾ ਉਹ ਵੀ ਮੇਰਾ ਚੱਲ ਰਿਹਾ ਤੇ ਬਾਕੀ ਮੇਰੀ ਜਨਤਾ ਨੂੰ ਇੱਕ ਅਪੀਲ ਆ ਖਾਸ ਕਰਕੇ ਗੁਰੂ ਨਾਨਕ ਨਾਮ ਲੈਵਾ ਸਿੱਖਾਂ ਨੂੰ ਇਹ ਮੇਰੀ ਅਪੀਲ ਆ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਕੋਈ ਵੀ ਆ ਜਿਹੜੇ ਗੁਰੂ ਨਾਨਕ ਪਾਤਸ਼ਾਹ ਤੇ ਪੂਰਨ ਭਰੋਸਾ ਰੱਖਦੇ ਨੇ ਜੁੜੇ ਹੋਏ ਨੇ ਉਹਨਾਂ ਲੋਕਾਂ ਨੂੰ ਮੇਰੀ ਅਪੀਲ ਆ ਕਿ ਆਓ ਇਸ ਇਤਿਹਾਸ ਨੂੰ ਜਿਹੜੇ ਲੋਕ ਵਿਗਾੜ ਕੇ ਲਿਖ ਰਹੇ ਨੇ ਉਹਨਾਂ ਨੂੰ ਪਹਿਲਾਂ ਤਾਂ ਸਜ਼ਾਵਾਂ ਦਿਵਾਈਏ ਉਸ ਤੋਂ ਬਾਅਦ ਇਹ ਜਿਹੜਾ ਇਤਿਹਾਸ ਦੇ ਵਿੱਚ ਇਹਨਾਂ ਵਿਗਾੜ ਆ ਚੁੱਕਾ ਹੈ ਇਹਨੂੰ ਇਤਿਹਾਸ ਨੂੰ ਸਵਾਰਨ ਵਾਸਤੇ ਵਿਦਵਾਨਾਂ ਨੂੰ ਅਪੀਲ ਕਰੀਏ ਤੇ ਵੀ ਇਹ ਜਿਹੜਾ ਇਤਿਹਾਸ ਹੈ ਇਹਨੂੰ ਠੀਕ ਕੀਤਾ ਜਾਵੇ ਜੀ ਧੰਨਵਾਦ ਸੋ ਐਸਨ ਬਲਦੇਵ ਸਿੰਘ ਸਿਰਸਾ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਜੜੀਆਂ ਘਟਨਾਵਾਂ ਨੇ ਕਿਸੇ ਡੂੰਗੀ ਸਾਜ਼ਿਸ਼ ਤੈ ਜੜੀਆਂ ਨੇ ਉਹ ਵਾਪਰ ਰਹੀਆਂ ਨੇ ਘਟਨਾਵਾਂ ਤੇ ਜਲਦ ਤੋਂ ਜਲ ਜਿਹੜੀਆਂ ਉਠਾਲ ਪਾਉਣੀ ਚਾਹੀਦੀ ਹੈ ਧੰਨਵਾਦ